ਜੀ ਸਿੰਘ ਜੀਤੀ ਦੇ ਪ੍ਰਧਾਨ ਬਣਨ ਤੋਂ ਬਾਅਦ ਕੁਝ ਲੋਕ ਨਾਰਾਜ਼ ਵੀ ਨਜ਼ਰ ਆਏ ਨੇ ਤੁਹਾਨੂੰ ਕਿਆ ਲੱਗਦਾ ਕਿ ਕਈ ਲੋਕਾਂ ਦਾ ਸਾਨੂੰ ਵੀ ਸੁਣਨ 'ਚ ਆਇਆ ਕਿ ਬਹੁਤ ਨਾਰਾਜ਼ਗੀ ਹੋਗੀ ਕਿ ਅਸੀਂ ਇੰਨੀ ਦੇਰ ਤੋਂ ਕਾਂਗਰਸ ਪਾਰਟੀ ਦੇ ਨਾਲ ਲੱਗੇ ਹੋਏ ਰਣਜੀਤ ਸਿੰਘ ਜੀਤੀ ਨੇ ਆਉਂਦੇ ਸਾਰ ਹੀ ਜ਼ਿਲ੍ਹਾ ਪ੍ਰਧਾਨਗੀ ਲੈ ਲਈ ਪਾਰਟੀ ਨੇ ਉਹਨਾਂ ਨੂੰ ਮਾਣ ਦਿੱਤਾ ਸਾਨੂੰ ਦਿੱਤਾ ਛੋਟੇ ਛੋਟੇ ਪਰਿਵਾਰ ਨੇ ਆਪਾਂ ਛੋਟਾ ਜਿਹਾ ਪਰਿਵਾਰ ਚਲਾਉਣਾ ਹੁੰਦਾ 5-7 ਜੀਆਂ ਦੇ ਉੱਥੇ ਵੀ ਬਖਰੇਵੇਂ ਹੋ ਜਾਂਦੇ ਆਪਸੀ ਫੁੱਟ ਨੇ ਵੀ ਲੱਗਦਾ ਕਾਂਗਰਸ ਨੂੰ ਕਿਤੇ ਨਾ ਕਿਤੇ ਡਾਊਨ ਕੀਤਾ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਵੀ 2022 ਦੀ ਗੱਲ ਕਰੀਏ ਜਾਂ ਫਿਰ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਕਿਤੇ ਨਾ ਕਿਤੇ ਆਪਸੀ ਲੜਾਈ ਝਗੜਿਆਂ ਦੇ ਕਾਰਨ ਹੀ ਜਿਹੜੇ ਕਾਂਗਰਸ ਦੇ ਵਿੱਚ ਜਿਹੜਾ ਗਿਰਾਵਟ ਆਈ ਹੈ ਇਸ ਚੀਜ਼ ਦੀ ਇਹ ਮੰਨਦੀ ਤੁਹਾਡੀ ਪਾਰਟੀ ਹੁਣ ਵੀ ਕਿਤੇ ਨਾ ਕਿਤੇ ਅਹਿਸਾਸ ਹੋਇਆ ਤੁਹਾਡੀ ਪਾਰਟੀ ਨੂੰ ਟੱਬਰ ਵੀ ਚਲਾਉਂਦੇ ਆਪਣਾ ਪਰਿਵਾਰ ਵੀ ਚਲਾਉਂਦੇ ਹਾਂ ਜਿਹੜੇ ਕਿ 4-5 ਜੀਆਂ ਦਾ ਪਰਿਵਾਰ ਹੁੰਦਾ ਉੱਥੇ ਵੀ ਬਾਪ ਪੁੱਤ ਦੇ ਵਿੱਚ ਬਖਰੇਵੇਂ ਹੁੰਦੇ ਆ ਜਿਹੜੇ ਕੁਛ ਲੋਕਾਂ ਦੇ ਇਹ ਵੀ ਸਵਾਲ ਸੀ ਕਿ ਜਦੋਂ ਨਗਰ ਕੌਂਸਲ ਦੀ ਪ੍ਰਧਾਨਗੀ ਤੁਹਾਡੇ ਕੋਲ ਆਉਂਦੀ ਹੈ ਉਸ ਟਾਈਮ ਵੀ ਕੁਛ ਗੱਲਾਂ ਸਾਹਮਣੇ ਆਈਆਂ ਸੀ ਕਿ 2.5 ਸਾਲ ਪ੍ਰਧਾਨ ਉਹ ਬਣੇਗਾ 2.5 ਸਾਲ ਮੈਂ ਬਣਾਂਗਾ ਉੱਥੇ ਖਟਮਿਟ ਹੋਈ ਹੈ ਤੁਹਾਡੀ ਕੋਈ ਜਿਹੜੀ ਕਾਂਗਰਸ ਪਾਰਟੀ ਦੇ ਦੋ ਧੜੇ ਬਣੇ ਨੇ ਕੁਰਾਲੀ ਦੇ ਵਿੱਚ ਸਾਡੇ ਲੀਡਰ ਜਮੋਹਰ ਸਿੰਘ ਕੰਗ ਸੀਗੇ ਉਹਨਾਂ ਦਾ ਫੈਸਲਾ ਸੀ ਹੁਣ ਉਹ ਪਾਰਟੀ ਛੱਡ ਕੇ ਜਾ ਚੁੱਕੇ ਆ ਇਹ ਪ੍ਰਧਾਨ ਬਣਨ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਨਾਲ ਦੀ ਨਾਲ ਨੰਦੀਪਾਲ ਨੇ ਸ਼ਹਿਰੀ ਪ੍ਰਧਾਨ ਤੋਂ ਅਸਤੀਫਾ ਦਿੱਤਾ ਇਹਦਾ ਕੀ ਕਾਰਨ ਮੰਨਦੇ ਹੋ ਤੁਸੀਂ ਕਿਉਂਕਿ ਪਹਿਲਾਂ ਵੀ ਇੰਨੀ ਦੇਰ ਪ੍ਰਧਾਨਗੀ ਉਹਨਾਂ ਕੋਲ ਰਹੀ ਹੈ ਸ਼ਹਿਰੀ ਪ੍ਰਧਾਨ ਦੀ ਪਰ ਉਦੋਂ ਨਹੀਂ ਅਸਤੀਫਾ ਦਿੱਤਾ ਹੁਣੇ ਪ੍ਰਧਾਨਗੀ ਦਾ ਨਾਰਾਜ਼ਗੀ ਲੱਗਦੀ ਹੈ ਕਿਤੇ ਨਾ ਕਿਤੇ ਜਾਂ ਫਿਰ ਮਨਾਓਗੇ ਜਾ ਕੇ ਉਹਨਾਂ ਨੂੰ ਉਹਨੂੰ ਅਸੀਂ ਵੱਡੀ ਜ਼ਿੰਮੇਵਾਰੀ ਦੇਵਾਂਗੇ ਅਸੀਂ ਜ਼ਿਲ੍ਹੇ 'ਚ ਵੱਡਾ ਅਹੁਦਾ ਦੇਵਾਂਗੇ ਉਹਨੂੰ ਕੁਛ ਲੋਕਾਂ ਤੋਂ ਹੋਰ ਵੀ ਸਾਡੇ ਕੋਲ ਫੋਨ ਆ ਰਹੇ ਨੇ ਪ੍ਰਧਾਨ ਜੀ ਤੁਹਾਡੇ ਨੌਲੇਜ ਲਿਆ ਦੀ ਉਹ ਵੀ ਕੁਛ ਨਾਰਾਜ਼ਗੀ ਪ੍ਰਗਟ ਕਰ ਰਹੇ ਨੇ ਪਤਾ ਨਹੀਂ ਹੁਣ ਤੁਹਾਡੇ ਕੋਈ ਜਿਹੜੇ ਸੀਨੀਅਰ ਲੀਡਰ ਨੇ ਉਹ ਉਹਨਾਂ ਪ੍ਰਤੀ ਪਿੱਛੇ ਬੋਲ ਰਹੇ ਨੇ ਜਾਂ ਫਿਰ ਉਹਨਾਂ ਦੀ ਆਪਣੀ ਨਾਰਾਜ਼ਗੀਆਂ ਨੇ ਉਹਨਾਂ ਨੂੰ ਕਿਵੇਂ ਮਨਾਓਗੇ ਉਹ ਵੀ ਕਹਿ ਰਹੇ ਨੇ ਕਿ ਸਾਡੇ ਤੋਂ ਬਿਨਾਂ ਪੁੱਛੇ ਤੋਂ ਪ੍ਰਧਾਨ ਲਾਤਾ ਕਿ ਸਾਡੀ ਕੋਈ ਜਿਹੜੀ ਪੁੱਛ ਨਹੀਂ ਕੀਤੀ ਗਈ ਉਸ ਤੋਂ ਪਹਿਲਾਂ ਹੀ ਸਾਡੇ ਜਿਹੜੇ ਫੈਸਲੇ ਲਿੱਤੇ ਨੇ ਇੱਕ ਪਾਰਟੀ ਨੇ ਇਹ ਤਾਂ ਨਹੀਂ ਕਿ ਤੁਹਾਡੀ ਜਿਹੜੇ ਕਾਂਗਰਸ ਦੇ ਬੰਦੇ ਨਾਰਾਜ਼ਗੀ ਕਿਉਂਕਿ ਤੁਸੀਂ ਪਹਿਲਾਂ ਜਗਮੋਹਨ ਸਿੰਘ ਕੰਗ ਦੇ ਬਿਲਕੁਲ ਨਜ਼ਦੀਕੀ ਰਹੇ ਹੋ ਹੁਣ ਭਾਵੇਂ ਆਮ ਆਦਮੀ ਪਾਰਟੀ ਚਲੇ ਗਏ ਨੇ ਜਗਮੋਹਨ ਸਿੰਘ ਕੰਗ ਉਸ ਕਰਕੇ ਤਾਂ ਨਹੀਂ ਕਿਤੇ ਦੂਜਾ ਧੜਾ ਤੁਹਾਡਾ ਕੀ ਤੁਹਾਡਾ ਵਿਰੋਧ ਕਰਨ ਦੇ ਵਿੱਚ ਲੱਗਿਆ ਹੋਇਆ ਪੰਜਾਬ ਦੇ ਵਿੱਚ ਭਾਵੇਂ ਆਮ ਆਦਮੀ ਪਾਰਟੀ ਸਰਕਾਰ ਹੈ 92 ਸੀਟਾਂ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਰ ਦੂਜੇ ਪਾਸੇ ਹੁਣ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਕਾਂਗਰਸ ਨਿਭਾ ਰਹੀ ਹੈ 18 ਸੀਟਾਂ ਉਹਨਾਂ ਨੂੰ ਆਈਆਂ ਸੀ ਇਸ ਵਾਰ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਬਦਲਾਅ ਲੈ ਕੇ ਆਉਣਾ ਬਦਲਾਅ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਵੱਧ ਚੜ੍ਹ ਕੇ ਲੋਕਾਂ ਨੇ ਵੋਟਾਂ ਪਾਈਆਂ ਨੇ ਕਾਂਗਰਸ ਅਤੇ ਅਕਾਲੀ ਦਲ ਨੂੰ ਲੋਕਾਂ ਨੇ ਨਕਾਰਿਆ ਤਾਂ ਇਹ 5 ਸਾਲ ਕਿਵੇਂ ਦਾ ਬਦਲਾਅ ਆਏਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕੁਝ ਕੁ ਸਮਾਂ 'ਚ ਸਰਕਾਰ ਨੂੰ ਬਣੇ ਹੋਏ ਪਰ ਦੂਜੇ ਪਾਸੇ ਇਸ ਵਾਰ ਕਾਂਗਰਸ ਵੀ ਆਪਣੇ ਵਿੱਚ ਜੋ ਕਮੀਆਂ ਸੀ ਉਸ ਨੂੰ ਪੂਰਾ ਕਰਨ ਦੇ ਵਿੱਚ ਲੱਗੀ ਹੋਈ ਹੈ ਗਰਾਊਂਡ ਪੱਧਰ ਤੋਂ ਨੌਜਵਾਨ ਚਿਹਰਿਆਂ ਨੂੰ ਲੈ ਕੇ ਆ ਰਹੀ ਹੈ ਕਾਂਗਰਸ ਇਸ ਵਾਰ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਜ਼ਿਲ੍ਹਾ ਪ੍ਰਧਾਨ ਲਗਾਏ ਜਾ ਰਹੇ ਨੇ ਨੌਜਵਾਨ ਚਿਹਰੇ ਜੋ ਕਿ ਨੌਜਵਾਨਾਂ ਨੂੰ ਨਾਲ ਲੈ ਕੇ ਪਾਰਟੀ ਨੂੰ ਹੋਰ ਅੱਗੇ ਵਧਾਊ ਸੋਚ ਦੇ ਨਾਲ ਲੈ ਕੇ ਜਾ ਸਕਣ ਤਾਂ ਇਸ ਨੂੰ ਲੈ ਕੇ ਹੀ ਰੋਪੜ ਜ਼ਿਲ੍ਹਾ ਅਤੇ ਮੋਹਾਲੀ ਜ਼ਿਲ੍ਹੇ ਦੀ ਗੱਲ ਕਰੀਏ ਦੋਨੇ ਜ਼ਿਲ੍ਹਿਆਂ ਦੇ ਵਿੱਚ ਇੱਦਾਂ ਦੇ ਚਿਹਰੇ ਲੈ ਕੇ ਜਿਹੜੀ ਕਾਂਗਰਸ ਪਾਰਟੀ ਲੈ ਕੇ ਆਈ ਹੈ ਜਿਨ੍ਹਾਂ ਦੇ ਚਰਚੇ ਲਗਾਤਾਰ ਨੌਜਵਾਨਾਂ ਦੇ ਵਿੱਚ ਹੋ ਰਹੇ ਨੇ ਪਹਿਲਾਂ ਗੱਲ ਕਰਾਂਗੇ ਮੋਹਾਲੀ ਜ਼ਿਲ੍ਹੇ ਦੇ ਨਵੇਂ ਪ੍ਰਧਾਨ ਲਗਾਏ ਰਣਜੀਤ ਸਿੰਘ ਜਿੱਤੀ ਜੋ ਕਿ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਵੀ ਨੇ ਦੂਜੇ ਪਾਸੇ ਕਾਂਗਰਸ ਨੇ ਮੌਕਾ ਦਿੱਤਾ ਜ਼ਿਲ੍ਹਾ ਪ੍ਰਧਾਨ ਲਗਾ ਕੇ ਕਾਂਗਰਸ ਦੀ ਪਾਰਟੀ ਨੂੰ ਉੱਪਰ ਚੁੱਕਣ ਵਾਸਤੇ ਉਸ ਨੌਜਵਾਨ ਚਿਹਰੇ ਨੂੰ ਸਾਡੇ ਨਾਲ ਨੇ ਰਣਜੀਤ ਸਿੰਘ ਜਿੱਤੀ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਨਵਾਂ ਜ਼ਿਲ੍ਹਾ ਪ੍ਰਧਾਨ ਤੁਹਾਨੂੰ ਲਗਾਉਣ ਵਾਸਤੇ ਕਾਂਗਰਸ ਨੇ ਜਿਹੜਾ ਮੌਕਾ ਦਿੱਤਾ ਹੈ ਪਾਰਟੀ ਨੂੰ ਉੱਚ ਪੱਧਰ ਚੁੱਕਣ ਵਾਸਤੇ ਨੌਜਵਾਨਾਂ ਦੇ ਜਜ਼ਬਾ ਭਰਨ ਵਾਸਤੇ ਮੁਬਾਰਕਾਂ ਪਹਿਲਾਂ ਤਾਂ H1 TV ਦੇਖ ਰਹੇ ਸਮੂਹ ਦਰਸ਼ਕ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਜਿਹੜੀ ਤੁਸੀਂ ਜ਼ਿੰਮੇਵਾਰੀ ਦੀ ਗੱਲ ਕਰ ਰਹੇ ਹੋ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਦੇ ਲਈ ਮੈਂ ਸਾਡੇ ਪਾਰਟੀ ਪ੍ਰਧਾਨ ਖੜਗੇ ਸਾਹਿਬ ਸ਼੍ਰੀਮਤੀ ਸੋਨੀਆ ਗਾਂਧੀ ਜੀ ਸ਼੍ਰੀ ਰਾਹੁਲ ਗਾਂਧੀ ਜੀ ਸ਼੍ਰੀ ਮਨਮੋਹਨ ਸਿੰਘ ਜੀ ਅਤੇ ਸਾਡੇ ਇੱਥੋਂ ਇਲੈਕਸ਼ਨ ਲੜ ਚੁੱਕੇ ਬੀਬੀ ਅੰਬਿਕਾ ਸੋਨੀ ਜੀ ਸਾਡੇ ਪ੍ਰਧਾਨ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਰਾਜਾ ਵੜਿੰਗ ਜੀ ਸਾਡੇ CLP ਲੀਡਰ ਪ੍ਰਤਾਪ ਬਾਜਵਾ ਜੀ ਮਨੀਸ਼ ਤਿਵਾੜੀ ਜੀ ਜਿਨ੍ਹਾਂ ਨੇ ਕਿ ਮੇਰੇ 'ਤੇ
भरोसा जताया है, मैं उस भरोसे नूं कायम रखदा होया पार्टी लई दिन रात एक कर देंगा। तो आने वाले थोड़े दिन दे विच मैं पिंड पिंड जाके सारे ज़िले च नौजवानों नूं लाभवंद करके जिहड़े साडी पार्टी तो दूर हो गए सी कुछ साडियां कमियां करके उन्हों मैं दुबारे कांग्रेस नाल जोड़ांगा। तो पार्टी ने जो मैनू जिम्मेवारी दिती है उन्होंने तनदेही नाल निभावांगा। अच्छा प्रधान जी, कांग्रेस पार्टी लगता है कि हुण तरास रही है उन्होंने हीरिया जिन्हों नूं गवा चुकी सी, जिन्हों परख नहीं सकी सी, तो हुण लगता जिस तरीके दे थोड़े वर्गे चेहरियां नूं नौजवानों नूं मौका दिता जा रहा है, क्योंकि तुसीं कुछ क समय दे विच बहुत कुछ हासिल कर लिया। पहली गल तां नगर कौंसल कराली दे विच प्रधान बने, दूजे पासे हुण कांग्रेस पार्टी ने एक वड्डा अहुदा दिता है, तो लगता है कांग्रेस उभरेगी इस तरीके दे नाल जिस तरीके नाल नौजवानों नूं मौका दे रहा जा रहा है। इन्हां लोकां नूं पसंद नहीं सी पहलां भी परिवारवाद, एक परिवार चों जिहदे कोल एक बार जिला प्रधानगी आ गई उन्हें लंबे टाइम उस दा पुत पोते अगे चलते रहना, जां जिहड़े ने एक बार हल्के च इलैक्शन लड़ ली फिर उहदी अगली पीढ़ी उहते अगली पीढ़ी, ये लोगों को पसंद नहीं आई। ये पार्टी ने साडी ने वाचिया है भी ये चंगा नहीं हैगा, जिहड़े काबल नौजवान है काबल है बंदे चाहे वह आम घर चो ने चाहे वह गरीब घर चो ने, कोई उन्होंने पिछोकड़ पोलीटिकल नहीं है, जिमें मेरा कोई पोलीटिकल पिछोकड़ नहीं है। मेरा मेरे फादर साहब आम एक पहला फौज सिपाही सिपाही गए थे, फौज रिटायर हुए सिपाही ही रिटायर हुए हैं, पढ़े लिखे नहीं, फिर जेल पुलिस सिपाही भर्ती हुए तो उतों भी सिपाही रिटायर हुए हैं। बाबा जी मेरे खेती करते थे आम एक कदे पंच पंची सरपंची असी साढ़े परिवार कदे आई नहीं असी की नहीं, पर मैनू यह सियासत की चेटक सीगी। तो मैं लंबे टमे समय तो तकरीबन 2003 तो कांग्रेस पार्टी जुड़िया हुआ, 2003 च मैं बलबीर सिद्धू जी के राही कांग्रेस पार्टी जुड़िया सी, ते उसका फल मैनू पार्टी ने दिता है। मैनू एम सी की इलैक्शन लड़ाई तो मैं वधिया मार्जिन एम सी बनया, फिर मैनू पार्टी ने प्रधानगी का कैंडिडेट बनाया जिदे ते मैं पूरा उतर के दिखाया। मैं 17 चो 15 वोटा लेके जेतू रहा, क्योंकि अकाली वीर ने साडिया ने दो अकाली वीर ने बाइकआउट किया, जबकि तुसीं कह सकते मैं सारे हाउस की वोट पई सी। तो उस तो बाद हुण एक बहुत बड़ी जिम्मेवारी पार्टी ने मेरी लाई है, मेरी पुरानी कारगुजारी देखते हुए तो मैं राजा वड़िंग जी नूं साडे जिहड़े कि नौजवान दिलों की धड़कन है, नौजवान उन्हें बहुत ज़्यादा पसंद करता। तुसीं वेखे ही है ऐतकी नेरी सी आप दी नेरी अगे खड़िया नहीं सुनामी अगे कोई भी, सिर्फ वो राजा वड़िंग है जिहड़ा मालवे दे विच्चों अपनी सीट कढ के लेके आया, क्योंकि लोग चाहुंदे लोकां दिलां च वसदा। तो उन्हें इसे तरह प्रधान बन के तजर्बा किया है, नौजवान नवें चेहरे नूं अगे लेके आए वो, उन्हां चों मैं भी एक आम घर चों है दस्सिया भी कोई मेरा पोलीटिकल पिछोकड़ है नहीं बिल्कुल। प्रधान जी मैं तुसीं कहा कि बहुत वड्डी जिम्मेवारी दित्ती है, टफ लगती है कुछ ना कुछ, क्योंकि हलका ही बहुत वड्डा है, दूजे पासे जिला मोहाली बहुत वड्डा है, तो किन्ना क टफ लगता है क्योंकि नवा थोड़ा एक्सपीरियंस होएगा, किमें तुसीं लाइनबंद करोगे, किमें नौजवानों नूं मोड़ोगे, की प्लैनिंग की बनाए तुसीं? देखो टफ हैगा मैं मानता, पर जो ना थोड़े जज्बा हो कुछ करन दा फिर कोई मतलब बहुत मतलब कोई औखा नहीं रह जाता। बेशक अंबाले दे नाल तो साडा हलका सरसीणी कोलों स्टार्ट हो जाता है, साडा लास्ट पिंड मोहाली कंस्टिचुएंसी का सरसीणी है जस्ट अंबाले दे नाल लगता, तो उत्थों स्टार्ट हो के साढ़े इत्थे अपना इधर कुराली क्रॉस करने असी अघाड़ सारा इधर कित्थे बिदरक तक परखाली दे नेड़े असी जा लगते हैं, साडा जिला मोहाली जिला तो बड़ा जिला जरूर बड़ा है, तो जिम्मेवारी भी बड़ी है, पर जो तुसी अपने काम प्रति थोड़े च लगन हो ते काम नू तुसी अपने नू वजन समझ के ना ना करो, उस इंजॉय करो काम नू, फिर काम औखा नहीं, कोई भी काम औखा नहीं। मैनू कुराली शहर की जिम्मेवारी मिली सी, तो कुछ साल 1.5 साल का
ਵੱਖ ਵੱਖ ਹੋਇਆ ਮੈਨੂੰ ਪ੍ਰਧਾਨ ਬਣੇ ਨੂੰ। ਅੱਜ ਤੁਸੀਂ ਜਾ ਕੇ ਮੇਰੀ ਕਾਰਗੁਜ਼ਾਰੀ ਸ਼ਹਿਰ 'ਚ ਦੇਖ ਸਕਦੇ ਹੋ। ਸ਼ਹਿਰ ਨੂੰ ਸਿਗਾ ਵੀ ਇਹਦਾ ਪੇਂਡੂ ਪਿਛੋਕੜ ਹੈ, ਸਾਡਾ ਹਿੰਦੂ ਮੈਂਡਿਡ ਸ਼ਹਿਰ ਹੈ, ਵੀ ਇੱਥੇ ਕਾਮਯਾਬ ਹੋਏਗਾ। ਅੱਜ ਮੈਂ ਸ਼ਹਿਰ ਦਿਲਾਂ 'ਚ ਵੱਸਦਾ, ਸਾਰਾ ਸ਼ਹਿਰ ਮੇਰਾ ਆਪਣਾ, ਮੈਨੂੰ ਆਪਣਾ ਮੰਨਦਾ, ਕੋਈ ਵੀ ਮੈਨੂੰ ਉਪਰਾ ਨਹੀਂ ਸਮਝਦਾ। ਚਾਹੇ ਕੋਈ ਵੀ ਕਮਿਊਨਿਟੀ ਹੋਵੇ ਉਹ ਮੈਨੂੰ ਤੋਂ ਬਿਲਕੁਲ ਉਹਨੂੰ ਉਪਰਾ ਲੱਗਦਾ ਹੀ ਨਹੀਂ ਵੀ ਜੀਤੀ ਨਾਲ ਗੱਲ ਕਰਨੀ। ਆ ਲੈ ਇੱਕ ਮਿੰਟ 'ਚ ਜੀਤ ਨੂੰ ਤਾਂ ਹੁਣ ਸੀ ਕਹਿੰਦੇ ਨੇ, ਸਭ ਤੋਂ ਬਾਹਰ ਹੀ ਨਹੀਂ ਹੈ। ਉਸ ਕਰਕੇ ਮੈਂ ਜਿਵੇਂ ਸ਼ਹਿਰ 'ਚ ਕੰਮ ਕਰ ਰਿਹਾ ਉਹੀ ਦੇਖ ਕੇ ਪਾਰਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਅਤੇ ਮੈਨੂੰ ਕੋਈ ਔਖਾ ਨਹੀਂ ਲੱਗਦਾ ਅਤੇ ਮੈਂ ਇਹਨੂੰ ਇੰਜੋਏ ਕਰਾਂਗਾ ਇਸ ਜ਼ਿੰਮੇਵਾਰੀ ਨੂੰ। ਅੱਛਾ, ਕਿਸਾਨਾਂ ਵਾਸਤੇ ਕੀ ਸਟੈਂਡ ਰਹੇਗਾ ਰਣਜੀਤ ਸਿੰਘ ਜਿੱਤੀ ਦਾ? ਤੁਹਾਡੇ ਏਰੀਏ 'ਚ ਪੈਂਦਾ ਮੋਹਾਲੀ ਜ਼ਿਲ੍ਹੇ 'ਚ ਕੰਢੀ ਏਰੀਏ ਦੇ ਪਿੰਡ, ਧਰਨਾ ਲਾਉਣ ਵਾਸਤੇ ਵੀ ਤਿਆਰ ਹੋ ਗਏ ਸੀ, ਰਾਜੇਵਾਲ ਸਾਹਿਬ ਵੀ ਬੁਲਾਏ ਸੀ, ਮੀਟਿੰਗ ਹੋਈ ਹੈ ਵੱਡੀ, ਉਹਨਾਂ ਸਾਡੀ ਜ਼ਮੀਨਾਂ ਜਿਹੜੀਆਂ ਨਵੀਂ ਸਰਕਾਰ ਆਈ ਹੈ ਕਿ ਮਾਨਜੋ ਕੋਰਟ ਦਾ ਵੀ ਆਰਡਰ ਹੈ ਉਹਦਾ ਹਵਾਲਾ ਦੇ ਕੇ ਸਾਡੀ ਜ਼ਮੀਨਾਂ ਮੁਸਤਰਕਾਂ ਨੂੰ ਸਾਮਲਾਤ ਬਣਾਇਆ ਜਾ ਰਿਹਾ, ਉਸ ਵਾਸਤੇ ਤੁਹਾਡੀ ਪਾਰਟੀ ਦਾ ਕੀ ਸਟੈਂਡ ਹੈ? ਕੀ ਤੁਸੀਂ ਕਿਵੇਂ ਤੁਸੀਂ ਉਹਨਾਂ ਦੇ ਨਾਲ ਮਿਲ ਕੇ ਚੱਲੋਗੇ ਕਿਸਾਨਾਂ ਦੇ ਨਾਲ? ਜੋ ਸਾਡੀ ਪਾਰਟੀ ਦਾ ਇਹਦੇ 'ਚ ਫੈਸਲਾ ਹੋਏਗਾ ਅਸੀਂ ਉਹ ਮੰਨਾਂਗੇ, ਪਰ ਉਹ ਤੋਂ ਬਿਨਾਂ ਜਿਹੜਾ ਮੇਰਾ ਪਰਸਨਲ ਮੇਰਾ ਕਿਸਾਨੀ ਪਿਛੋਕੜ ਹੈ, ਮੈਂ ਪਿਛਲੇ ਟਾਈਮ ਜੋ ਸਾਡਾ ਇਹ ਖੇਤੀ ਕਾਨੂੰਨਾਂ ਦੇ ਅਗੇਂਸਟ ਅੰਦੋਲਨ ਲੜਿਆ ਗਿਆ ਸੀਗਾ ਉਹਦੇ ਵਿੱਚ ਮੈਂ, ਜੇ ਤੁਸੀਂ ਗੱਲ ਕਰੋ ਮੋਹਾਲੀ ਦੇ 10 ਬੰਦਿਆਂ 'ਚ ਮੇਰਾ ਨਾਂ ਸੀਗਾ ਅਤੇ ਅਸੀਂ ਘੜੂਏ ਟੋਲ ਪਲਾਜ਼ਾ, ਭਾਗੋ ਮਾਜਰਾ ਟੋਲ ਪਲਾਜ਼ਾ 'ਤੇ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਉਹਦੇ ਨਾਲ ਹੀ ਇੱਥੇ ਸਾਡਾ ਬੜੌਦੀ ਟੋਲ ਪਲਾਜ਼ਾ 'ਤੇ ਸੰਘਰਸ਼ ਸ਼ੁਰੂ ਹੋਇਆ ਸੀਗਾ। ਅਸੀਂ ਇੱਕ ਕੜੀ ਦੇ ਤੌਰ 'ਤੇ ਮੈਂ ਵਿਚਰਦਾ ਰਿਹਾ ਦੋਨਾਂ ਉਹਨਾਂ ਦੇ ਵਿੱਚ ਅਤੇ ਆਪਣੇ ਭਾਈਚਾਰੇ ਨੂੰ ਕਦੇ ਛੱਡਿਆ ਨਹੀਂ ਜਾ ਸਕਦਾ। ਜੋ ਸਾਡੇ ਭਾਈਚਾਰੇ ਦੇ ਫੈਸਲੇ ਹੋਣਗੇ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗਾ। ਰਣਜੀਤ ਸਿੰਘ ਜਿੱਤੀ ਦੇ ਪ੍ਰਧਾਨ ਬਣਨ ਤੋਂ ਬਾਅਦ ਕੁਝ ਲੋਕ ਨਾਰਾਜ਼ ਵੀ ਨਜ਼ਰ ਆਏ ਨੇ ਤੁਹਾਨੂੰ, ਕਿਆ ਲੱਗਦਾ ਹੈ ਕਿ ਕਈ ਲੋਕਾਂ ਦਾ ਸਾਨੂੰ ਵੀ ਸੁਣਨ 'ਚ ਆਇਆ ਕਿ ਬਹੁਤ ਨਾਰਾਜ਼ਗੀ ਹੋ ਗਈ ਕਿ ਅਸੀਂ ਇੰਨੀ ਦੇਰ ਤੋਂ ਕਾਂਗਰਸ ਪਾਰਟੀ ਦੇ ਨਾਲ ਲੱਗੇ ਹੋਏ, ਰਣਜੀਤ ਸਿੰਘ ਜਿੱਤੀ ਨੇ ਆਉਂਦੇ ਸਾਰ ਹੀ ਜ਼ਿਲ੍ਹਾ ਪ੍ਰਧਾਨਗੀ ਲੈ ਲਈ, ਪਾਰਟੀ ਨੇ ਉਹਨਾਂ ਨੂੰ ਮਾਣ ਦਿੱਤਾ, ਸਾਨੂੰ ਦਿੱਤਾ, ਆਏ ਕੋਈ ਚਿਹਰੇ ਸਾਹਮਣੇ ਜਾਂ ਫਿਰ ਅਸੀਂ ਥੋੜ੍ਹਾ ਜਿਹਾ ਤੁਹਾਡੇ ਚਰਨਾਂ ਪਾ ਦੀ ਬਾਅਦ 'ਚ? ਦੇਖੋ, ਇੱਕ ਤੁਸੀਂ ਆਪਣੇ ਇੱਕ ਛੋਟੇ ਛੋਟੇ ਪਰਿਵਾਰ ਨੇ, ਆਪਾਂ ਛੋਟਾ ਜਿਹਾ ਪਰਿਵਾਰ ਚਲਾਉਣਾ ਹੁੰਦਾ 5-7 ਜੀਆਂ ਦੇ, ਉੱਥੇ ਵੀ ਬਖਰੇਵੇਂ ਹੋ ਜਾਂਦੇ। ਇਹ ਤਾਂ ਬਹੁਤ ਵੱਡੀ ਪਾਰਟੀ ਹੈ ਸਾਡੀ, ਸਮੁੰਦਰ ਹੈ ਕਾਂਗਰਸ, ਇੱਥੇ ਐਡੇ ਵੱਡੇ ਪਰਿਵਾਰ 'ਚ ਕੋਈ ਥੋੜ੍ਹੇ ਵਾਲੇ ਬਖਰੇਵੇਂ ਜ਼ਰੂਰ ਸਾਹਮਣੇ ਆਏ ਹੈ ਅਤੇ ਪਰ ਮੈਂ ਬਹੁਤ ਜਲਦ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਸੱਜਣਾਂ ਨੂੰ ਜਿਹਨਾਂ ਨੂੰ ਕੁਛ ਲੱਗਦਾ ਵੀ ਪਾਰਟੀ ਨੇ ਗਲਤ ਕੀਤਾ, ਉਹਨਾਂ ਨੂੰ ਅਸੀਂ, ਮੈਂ ਪਾਰਟੀ ਪ੍ਰਧਾਨ ਨਾਲ ਗੱਲ ਕਰਕੇ, ਹਾਈ ਕਮਾਂਡ ਨਾਲ ਗੱਲ ਕਰਕੇ ਉਹਨੂੰ ਅਸੀਂ ਜ਼ਿੰਮੇਵਾਰੀਆਂ ਦੇਵਾਂਗੇ ਅਤੇ ਅਸੀਂ ਪਾਰਟੀ 'ਚ ਉਹਨਾਂ ਨੂੰ ਜਿੰਨੇ ਵੀ ਸੱਜਣ ਇਸ ਟਾਈਮ ਥੋੜ੍ਹੇ ਤੰਗ ਹੈ ਉਹਨੂੰ ਸਰਗਰਮ ਕਰਾਂਗੇ, ਇਹ ਮੇਰੀ ਡਿਊਟੀ ਹੈ। ਆਪਸੀ ਫੁੱਟ ਨੇ ਵੀ ਲੱਗਦਾ ਕਾਂਗਰਸ ਨੂੰ ਕਿਤੇ ਨਾ ਕਿਤੇ ਡਾਊਨ ਕੀਤਾ, ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਵੀ 2022 ਦੀ ਗੱਲ ਕਰੀਏ ਜਾਂ ਫਿਰ ਉਸ ਤੋਂ ਪਹਿਲਾਂ ਦੀ ਗੱਲ ਕਰੀਏ, ਕਿਤੇ ਨਾ ਕਿਤੇ ਆਪਸੀ ਲੜਾਈ ਝਗੜਿਆਂ ਦੇ ਕਾਰਨ ਹੀ ਜਿਹੜੇ ਕਾਂਗਰਸ ਦੇ ਵਿੱਚ ਜਿਹੜਾ ਗਿਰਾਵਟ ਆਈ ਹੈ ਇਸ ਚੀਜ਼ ਦੀ, ਇਹ ਮੰਨਦੀ ਤੁਹਾਡੀ ਪਾਰਟੀ ਹੁਣ ਵੀ ਕਿਤੇ ਨਾ ਕਿਤੇ ਅਹਿਸਾਸ ਹੋਇਆ ਤੁਹਾਡੀ ਪਾਰਟੀ ਨੂੰ? ਪਹਿਲਾਂ ਵੀ ਗੱਲ ਕਰਕੇ ਹਟਿਆ ਜੀ, ਆਪਾਂ ਛੋਟਾ ਜਿਹਾ ਇੱਕ ਟੱਬਰ ਵੀ ਚਲਾਉਂਦੇ ਹਾਂ, ਆਪਣਾ ਪਰਿਵਾਰ ਵੀ ਚਲਾਉਂਦੇ ਹਾਂ, ਜਿਹੜੇ ਕਿ 4-5 ਜੀਆਂ ਦਾ ਪਰਿਵਾਰ ਹੁੰਦਾ, ਉੱਥੇ ਵੀ ਬਾਪ ਪੁੱਤ ਦੇ ਵਿੱਚ ਬਖਰੇਵੇਂ ਹੁੰਦੇ ਹੈ, ਉੱਥੇ ਵੀ ਚਾਚੇ ਭਤੀਜੇ ਦੇ ਵਿੱਚ ਤਣਾਤਣੀ ਹੁੰਦੀ ਹੈ, ਮਾਂ ਧੀ ਦੇ ਵਿੱਚ ਹੁੰਦੀ ਹੈ, ਸੱਸ ਨੂੰਹ ਦੇ ਵਿੱਚ ਹੁੰਦੀ ਹੈ, ਕੋਈ ਐਡੀ ਗੱਲ ਨਹੀਂ। ਪਰ ਇਹਦੇ ਨਾਲ ਇਹ ਤਾਂ ਨਹੀਂ ਹੁੰਦਾ ਘਰ ਤਾਂ ਨਹੀਂ ਟੁੱਟ ਜਾਂਦੇ, ਘਰ ਤੋਂ ਵੀ ਸਮੂਥ ਚੱਲਦੇ ਹੈ। ਇਸੇ ਤਰ੍ਹਾਂ ਜੇ ਸਾਡੀ ਪਾਰਟੀ ਨੇ 'ਚ ਕੁਛ ਮੇਰੇ ਪ੍ਰਧਾਨ ਬਣਨ ਨਾਲ ਕਿਸੇ ਨੂੰ ਜਿਹਨੂੰ ਵੀ ਮਤਲਬ ਤਕਲੀਫ ਹੋਈ ਹੈ, ਉਹਨਾਂ ਨੂੰ ਮੈਂ ਫਿਰ ਤੁਹਾਨੂੰ ਵਾਅਦਾ ਕਰਦਾ, ਮੈਂ ਪਾਰਟੀ ਹਾਈਕਮਾਂਡ ਨਾਲ ਗੱਲ ਕਰਕੇ, ਵੜਿੰਗ ਸਾਹਿਬ ਨਾਲ ਗੱਲ ਕਰਕੇ ਉਹਨੂੰ ਜ਼ਿੰਮੇਵਾਰੀ ਦੇਵਾਂਗੇ ਅਤੇ ਪਾਰਟੀ ਪ੍ਰਤੀ ਉਹਨਾਂ 'ਤੇ ਕੰਮ ਲਵਾਂਗੇ। ਅੱਛਾ, ਜਿਹੜੇ ਕੁਛ ਲੋਕਾਂ ਦੇ ਇਹ ਵੀ ਸਵਾਲ ਸੀ ਕਿ ਜਦੋਂ ਨਗਰ ਕੌਂਸਲ ਦੀ ਪ੍ਰਧਾਨਗੀ ਤੁਹਾਡੇ ਕੋਲ ਆਉਂਦੀ ਹੈ, ਉਸ ਟਾਈਮ ਵੀ ਕੁਛ ਗੱਲਾਂ ਸਾਹਮਣੇ ਆਈਆਂ ਸੀ ਕਿ 2.5 ਸਾਲ ਪ੍ਰਧਾਨ ਉਹ ਬਣੇਗਾ, 2.5 ਸਾਲ ਮੈਂ ਬਣਾਂਗਾ, ਉੱਥੇ ਖਟਮਿਟ ਹੋਈ ਹੈ ਤੁਹਾਡੀ ਕੋਈ? ਜਿਹੜੀ ਕਾਂਗਰਸ ਪਾਰਟੀ ਦੇ 2 ਧੜੇ ਬਣੇ ਨੇ ਕੁਰਾਲੀ ਦੇ ਵਿੱਚ, ਕੋਈ ਕੰਗ, ਉਦੋਂ ਸਾਡੇ ਲੀਡਰ ਜਗਮੋਹਨ ਸਿੰਘ ਕੰਗ ਸੀਗੇ, ਉਹਨਾਂ ਦਾ ਫੈਸਲਾ ਸੀ, ਹੁਣ ਉਹ ਪਾਰਟੀ ਛੱਡ ਕੇ ਜਾ ਚੁੱਕੇ ਹੈ ਅਤੇ ਅੱਜ ਵੀ ਸਾਡੇ ਮੇਰੇ ਕੌਂਸਲਰ ਸਾਥੀ ਮੇਰੇ ਨਾਲ ਬੈਠਣਗੇ ਤਾਂ ਬੈਠ ਕੇ ਅਸੀਂ ਇਹਨੂੰ, ਅਸੀਂ ਆਪਣੇ ਪਰਿਵਾਰ 'ਚ ਹੱਲ ਕਰ ਲਾਂਗੇ, ਇਹਨੂੰ ਅਸੀਂ ਬਾਹਰ ਨਹੀਂ ਪ੍ਰੈਸ 'ਚ ਲੈ ਕੇ ਆਵਾਂਗੇ, ਇਸ ਨੂੰ ਆਪਣੇ ਘਰ 'ਚ ਬੈਠ ਕੇ ਹੱਲ ਕਰ ਲਾਂਗੇ। ਪਰ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਧਾਨ ਬਣਨ ਤੋਂ ਨਾਲ ਦੀ ਨਾਲ ਨੰਦੀਪਾਲ ਨੇ ਸ਼ਹਿਰੀ ਪ੍ਰਧਾਨ ਤੋਂ ਅਸਤੀਫਾ ਦਿੱਤਾ, ਇਹਦਾ ਕੀ ਕਾਰਨ ਮੰਨਦੇ ਹੋ ਤੁਸੀਂ? ਕਿਉਂਕਿ ਪਹਿਲਾਂ ਵੀ ਇੰਨੀ ਦੇਰ ਪ੍ਰਧਾਨਗੀ ਉਹਨਾਂ ਕੋਲ ਰਹੀ ਹੈ ਸ਼ਹਿਰੀ ਪ੍ਰਧਾਨ ਦੀ, ਪਰ ਉਦੋਂ ਨਹੀਂ ਅਸਤੀਫਾ ਦਿੱਤਾ, ਹੁਣੇ ਪ੍ਰਧਾਨਗੀ ਦਾ ਨਾਰਾਜ਼ਗੀ ਲੱਗਦੀ ਹੈ ਕਿਤੇ ਨਾ ਕਿਤੇ, ਜਾਂ ਫਿਰ ਮਨਾਉਂਗੇ ਜਾ ਕੇ ਉਹਨਾਂ ਨੂੰ? ਨਹੀਂ, ਨੰਦੀਪਾਲ ਜੀ ਨੂੰ ਅਸੀਂ ਆਪਣਾ, ਸਾਡੇ ਬਹੁਤ ਲੰਮਾ ਟਾਈਮ ਉਹਨੇ ਪਾਰਟੀ ਸੇਵਾ ਕੀਤੀ ਹੈ, ਉਹਨੂੰ ਅਸੀਂ ਵੱਡੀ ਜ਼ਿੰਮੇਵਾਰੀ ਦੇਵਾਂਗੇ।
असीं जिले च वड्डा अहुदा देवांगे उन्हां नूं, क्योंकि उन्हां तों असीं कम लेना, पार्टी ने कम लेना, पार्टी इदां अपने वर्कर नूं छड्दी नहीं हुंदी। हाँ, पर कुछ उन्हां दीआं मजबूरियां ने, जिवें हुण उन्हां ने इत्थे न्यू चंडीगढ़ च उन्हां दे बेटियां ने काफ़ी वड्डा कम कीता, मैं भी उस दिन उत्थे सी जदों उन्हां दे शोरूम दा उद्घाटन सीगा, ते थोड़े घरेलू मजबूरियां हैगियां उन्हां दीआं, पर फिर भी असीं उन्हां नूं तुसीं दा अस्तीफा पढ़ सकदे, उन्होंने कांग्रेस पार्टी तो अस्तीफा नहीं दिता, घरेलू रुझेवियां कारण शहरी कांग्रेस तो अस्तीफा दिता। तो अस्तीफा देण तो पहला मेरे नाल गल भी की उन्होंने, उन्होंने मैनूं फोन आया, मैं शनिवार को प्रधान बनया, तो ऐतवार को दुपहरे उन्होंने मैनूं फोन आया कि आपां प्रधान जी हुण फलाने बंदे नूं शहरी कांग्रेस का प्रधान लाउणा। मैं नंदी जी इदां नहीं, आपां बैठ के करांगे, फोन ते नहीं, पहली गल तां तुसीं प्रधान हो, तुहानूं असीं छड्डना नहीं है जी, तो बाकी जे आपां नूं चेंज करना पिया तां पर राय करके करांगे, राय करके आपां होर नूं ला लांगे, तो उन्हां दी राय नाल ही जे पहली गल मनावांगे उन्हां नूं, नहीं तां होर उन्हां नूं असीं जिले 'च कोई जिम्मेवारी देवांगे, तो जिले 'च जिम्मेवारी दे के उन्हां नूं कोई नवें बंदे नूं उन्हां दी राय करके ही नवां बंदा लावांगे। कुछ लोगों तो होर भी साढ़े को फोन आ रहे हैं, प्रधान जी थोड़े नॉलेज लिया दी, वो भी कुछ नाराजगी प्रगट कर रहे हैं, पता नहीं हुण थोड़े कोई जिहड़े सीनियर लीडर ने वो उन्हां प्रति पिछे बोल रहे हैं, जां फिर उन्हां दी अपनी नाराजगियां ने, उन्हां नूं कैसे मनाओगे? वो भी कह रहे हैं कि साढ़े तो बिना पुछे तो प्रधान लाता, कि साड़ी कोई जिहड़ी पुछ नहीं की गई, उस तो पहले ही साढ़े जिहड़े फैसले लेते ने पार्टी ने। मेरे ख्याल इदां दा कोई है नहीं, फिर भी जे कोई ना सामने आएगा तो मैं बहुत जल्द उन्होंने मिलूँगा, मिल के उन्होंने तुसी एक नोट की हुणे साड़ी एक पार्टी च गल है, हर बंदा ये जरूर कहिंदा मैं पार्टी ते नाराज़ है, पर मैं वफादार हाँ कांग्रेस का, किसी बंदे ने यह नहीं कहा होगा मैं पार्टी ते नाराज़ होकर पार्टी छड्ड दूंगा, किसी ने पार्टी छड्डनी नहीं साढ़े, तो जिम्मेवारी असी उन्होंने देवांगे, जिवें मैनू पहला स्टेट की जिम्मेवारी सी, सैकटरी सी मैं पंजाब का, पी पी सी सैकटरी सी मैं, तो वड्डे अहुदे हैगे ने साडे कोल, असीं स्टेट च अहुदे देवांगे अपने बंदियां नूं, जिले च वड्डे सीन कोई सीनियर किसी सीनियर मीत प्रधान बनावांगे, किसी मीत प्रधान बनावांगे, जनरल सैकटरी लावांगे, तो अहुदे देख के उन्हां नूं असीं पार्टी दे नाल रखांगे, तो पार्टी लई कम लवांगे, उन्हां ते किसे नूं भी असीं घर नहीं बैठण देवांगे, ना कोई साढ़े चो घर बैठेगा। अच्छा, कि ये तो नहीं कि थोड़ी जिहड़े कांग्रेस के बंदे नाराजगी, क्योंकि तुसीं पहला जगमोहन सिंह कंग दे बिल्कुल नज़दीकी रहे हो, हुण भावें आम आदमी पार्टी चले गए ने जगमोहन सिंह कंग, उस करके तो नहीं कि दूजा थोड़ा कि थोड़ा विरोध करन दे विच लग्या होया कि थोड़े प्रधानगी तो नाराजगी जिहड़े बैठे ने थोड़े जिहड़े वर्कर ने? देखो, मेरे सरदार जगमोहन सिंह कंग नाल बहुत घरेलू संबंध सीगे, पर जदों उन्हें पार्टी छड़ती वो आप चले गए, आप ज्वाइन कर ली, तो उस दिन तो बाद मतलब मैं उन्होंने कदे बहुत ज़्यादा राबते च नहीं। हाँ, दुख सुख च देखो अपना एक दूसरे को मिलते हैं, पर इदा का कुछ नहीं, उन्होंने बखरेवे किसी के होंगे तो मेरे नाल नहीं होंगे। मैं कांग्रेस के वफादार हो हूँ, मतलब कि किसी कल नेता दी नहीं, मैं कांग्रेस मैं पार्टी का, मैं जे जे मैं किसी नेता का वफादार हूँ तो मैं सरदार जगमोहन सिंह कंग के नाल आप ज्वाइन करदा, मैं बिल्कुल आप दे कदे किसी देखी नहीं, तुसी आप दे किसी लीडर नाल मैनू नहीं देखा होगा कदे, तो मैं कांग्रेस का वफादार हूँ, तो मैं कांग्रेस का ही सच्चा सिपाही बन के रहा, उसे का अज मैनू यह एडा वड्डा माण, कोई साड़ी कांग्रेस की जिला प्रधानगी मिलनी कोई छोटी गल नहीं, बहुत वड्डी जिम्मेवारी पार्टी ने सिर्फ मेरी वफादारी देख के दित्ती है, जिहड़ा कि मैं लगातार 20 साल तो अपनी वफादारी निभा रहा, उस वफादारी का रिजल्ट है अज मैं एडा वड्डा अहुदा मिले। अच्छा, लास्ट सवाल है कि हुण मोहाली जिले का थानू प्रधान लाया, नौजवानों बजुर्गों नू मामां नू भैणां नू अपनी पार्टी नाल जोड़न लई की अपील करोंगे, की देख के थोड़े नाल मुड़ तो कांग्रेस पार्टी नाल जुड़न, की तुसीं अगे नवां भविख जिहड़ा कांग्रेस दे विच उन्हां नौजवानों वास्ते उन्हां बजुर्गों वास्ते उन्हां मां भैणां वास्ते लैके आ रहे हो, की वादा कर दो तुसीं? साडी बहुत वड्डी सैकुलर पार्टी है, पहली गल ते पूरे भारत देश च इहदे नाल दी कोई पार्टी नहीं, पुरानी पार्टी है, ठीक है, जदों बहुत ज़्यादा पुरानी पार्टी होगी कुछ साढ़े ऊणताइया सगिया जिन्हों नूं कि हुण असीं दूर कर रहे हैं, जिमें कि हुण असीं अपने पार्टी दा अटर्नल चोणां कराइया, बीजेपी च कदे चोण नहीं हुंदी, उह कह दिंदे फलाणा लाता, कहण नूं प्रधान हुंदा सेंट्रलाइज पावर सिर्फ मोदी ते अमित शाह कोल है, ते साढ़े बकायदा चोणां हो के प्रधान लाउणा ये साड़ी पार्टी दा मुड़ उभरन दा संकेत है, ते तुसी देख रहे हो साड़ी भारत जोड़ो यात्रा नूं एडा तकड़ा हुंगारा मिल रहा है श्री राहुल गांधी जी नूं, जिहदा कोई लेखा नहीं हैगा, ते बाकी रही गल तुसी
जिहड़ी आ गल करदे आप दी इत्थे हाँ साडे तो साडियां कमियां करके कैप्टन साहब दे कम करन दी शैली करके ते साडी कुछ लड़ाई सी सिद्धू साहब ते चन्नी दी लड़ाई करके साडी पार्टी दा हाल होया ते अदरवाइज कांग्रेस का यह हाल नहीं होना। बाकी तुम इन का तो देख ही लिया आप का जिन्ना क लोग जिनी स्पीड ना गए से वो तो दो तीन गुणा स्पीड ना वापस आ रहे कोई इनू चंगा नहीं समझता कि इन्हों का पिंड पिंड लेवल पर अज तक मैनू तो नहीं लगता कि संगठन बनया हो दो चार सौ बंदा इकट्ठा करना पै जाए मेरे ख्याल तो इन वास्ते प्रोजेक्ट बन जाना तो सानू कोई औखा नहीं लगता हज़ार बंद इकट्ठ से पहला भी करते तो हूँ भी करा तो नौजवानों फिर अपील करांगे भी तुसीं देख लिया इन्हां दा आपदा जो झूठ बोल के क्योंकि एक अपनी कहावत है काठ दी हांडी दुबारे नहीं चढ़दी हुंदी एक काठ दी हांडी दुबारे चढ़नी नहीं दुबारे फिर लोगों ने साडे नाल लगना साडी पार्टी नूं ही तरजीह देनी है तो वाहिगुरू सुख रखी तो 24 च तुहानूं रिजल्ट बहुत अच्छे देवांगे। ठीक है बिल्कुल तुसीं देखो कि यह सन नगर कौंसल के प्रधान भी तो दूजे पास जिला प्रधान कांग्रेस के नवे लगाए हुए राजा वड़िंग वालों नवे नौजवान चेहरे जिहड़े लेके आए ने कांग्रेस के हुण कि ग्राउंड तो नौजवानों जोड़िया जाएगा जिन्होंने कई सवालों के जवाब धड़क हो के दिते ने किवें पार्टी नूं उभरांगे लैके दूजे पास इन्हां वल दस्या गया जो कई व्यक्ति विरोध कर रहे इन्हां दे पार्टी दे उन्हां नूं समझाया जाएगा इन्हां वल दस्या गया कि जिस नूं लैके उन्हां दी विरोधता है उस तो मैं काफ़ी देर पहला ही पिछे हट चुका क्योंकि जो पार्टी ही बदल दिती तो फिर मैं कांग्रेस पार्टी का कला वफादार सफाई हाँ ना कि मैं किसी बंदे नाल जुड़िया होया पर दूजे पास इन्हां वल दस्या गया कि आम आदमी पार्टी तो भी लोग अक चुके ने लगातार नौजवान कांग्रेस के विच आ रहे ने नौजवान चेहरे आ रहे ने 2024 रिजल्ट देखने को मिलेगा कांग्रेस मुड़ तो उभर के आएगी तो हुण देखते हैं जिस तरीके रणजीत सिंह जित्ती वालों अपने दावे पेश किए गए ने अपने जिहड़ियां गल्लां सिद्ध कीतियां ने कि असीं इह कम करांगे आने वाला समय दसेगा 2024 का कि कांग्रेस पार्टी का कोई नुमाइंदा MP बनता है या फिर कोई होर पार्टी का तो देखते हैं कि कांग्रेस पार्टी का हुण आने वाला भविख की है आने वाला समय दसेगा। थोड़े ने कैमरामैन सुमित हरतेज सिंह।